ਸੋ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ JS Uhi Blogs ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜੀ ਇਹ ਕੀ ਗੋਭ ਦੇ ਸਮੇ ਤੋਂ ਲੈ ਕੇ ਮਿਲਕ ਸਟੇਜ ਤੱਕ ਆਪਾਂ ਪਾਣੀ ਦਾ ਪ੍ਰਬੰਧ ਕਿਵੇਂ ਰੱਖਣਾ ਆਪਣੇ ਖੇਤ ਦੇ ਵਿੱਚ ਤੋਂ ਦੇਖ ਸਕਦੇ ਹੋ ਜਿਹੜਾ ਮੇਰਾ ਝੋਨਾ ਕੀ ਇਹ ਫਲਾਵਰਿੰਗ ਸਟੇਜ ਤੇ ਆ ਚੁੱਕਿਆ ਠੀਕ ਹੈ ਤੇ ਤੁਹਾਨੂੰ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਵੀ ਮੈਂ ਆਪਣੇ ਝੋਨੇ ਨੂੰ ਜਿਹੜਾ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਰੱਖਿਆ ਕਿਉਂਕਿ ਕਈ ਮੇਰੇ ਕਿਸਾਨ ਵੀਰ ਕੀ ਕਰਦੇ ਨੇ ਇਸ ਟਾਈਮ ਆ ਕੇ ਠੀਕ ਹੈ 6 ਮਹੀਨਿਆਂ ਦਾ ਆਪਣੀ ਮਿਹਨਤ ਦਾ ਫਲ ਉਹਨੂੰ ਮਿੱਟੀ ਪਲੀਤ ਕਰ ਦਿੰਦੇ ਨੇ ਇੱਥੇ ਆ ਕੇ ਠੀਕ ਹੈ ਉਹ ਭੁੱਲ ਜਾਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਕੀ ਕਰ ਦਿੰਦੇ ਨੇ ਖੁੱਲਾ ਪਾਣੀ ਛੱਡ ਦਿੰਦੇ ਨੇ ਵੀ ਲਾਓ ਜੀ ਬੱਟਾ ਉੱਪਰ ਦੀ ਜਾਣ ਦੋ ਠੀਕ ਹੈ ਕਿਉਂਕਿ ਉਹ ਕਹਿੰਦੇ ਨੇ ਵੀ ਚਲੋ ਹੁਣ YouTube ਵਾਲੇ ਦੱਸਦੇ ਨੇ ਵੀ ਭਾਈ ਪਾਣੀ ਛੱਡ ਕੇ ਰੱਖਣਾ ਪਾਣੀ ਨਹੀਂ ਸੁੱਕਣਾ ਚਾਹੀਦਾ ਖੇਤ ਦੇ ਵਿੱਚੋਂ ਉਪਰ ਆਪਾਂ ਹੁਣ ਮੈਂ ਦੱਸਦਾ ਦੱਸਦੇ ਅਸੀਂ ਤਾਂ ਅਗੇ ਤੁਸੀਂ ਉਹਨੂੰ ਪੂਰੀ ਵੀਡੀਓ ਨਹੀਂ ਸੁਣਦੇ ਤੁਸੀਂ ਅੱਧ ਵਿਚਕਾਰ ਛੱਡ ਕੇ ਚਲੇ ਜਾਂਦੇ ਹੋ ਵੀ ਹਾਇਨਾ ਬਾਈ ਨੇ ਤਾਂ ਕਹਿਤਾ ਆ ਯੂਟਿਊਬਰ ਨੇ ਤਾਂ ਕਹਿਤਾ ਵੀ ਪਾਣੀ ਲਾ ਕੇ ਰੱਖੋ ਵੀ ਪਾਣੀ ਤੋਂ ਬਿਨਾ ਕੁਛ ਨਹੀਂ ਯਾਰ ਸਾਨੂੰ ਦੱਸ ਦਿਆ ਵੀ ਪਾਣੀ ਵੀ ਉਹਦਾ ਪ੍ਰਬੰਧ ਵੀ ਸੁਣਨਾ ਵੀ ਕਿਵੇਂ ਕਰਦੇ ਆ ਦੇਖੋ ਆਪਾਂ ਮੈਜ਼ਰਮੈਂਟ ਟੇਪ ਤਾਰੇ ਚੱਕੀ ਨਹੀਂ ਹੋਈ ਹੁੰਦੀ ਕਿਸਾਨਾਂ ਨੇ ਸਾਰਿਆਂ ਨੇ ਜੱਟਾਂ ਨੇ ਠੀਕ ਹੈ ਮੈਂ ਵੀ ਐ ਮੈਂ ਕਿਹੜਾ ਮੈਜ਼ਰਮੈਂਟ ਟੇਪ ਚੱਕੀ ਹੈ ਵੀ ਹਾਂ ਮੈਂ ਕਿ ਦੱਸਦਾ ਵੀ 3 ਇੰਚ ਪਾਣੀ ਲਾਉਣਾ ਲਾਉਣਾ 3 ਇੰਚ ਹੀ ਆ ਪਰ ਅੰਦਾਜ਼ੇ ਨਾਲ ਲਾਉਣਾ ਕਿਵੇਂ ਲਾਉਣਾ ਦੱਸਦੇ ਆ ਜਦੋਂ ਤੁਹਾਡੀ ਦੇਖ ਗੋਭ ਪਰਨੀ ਸਟਾਰਟ ਹੋ ਗਈ ਪੈਪਾ ਪਰਨੀ ਸਟਾਰਟ ਹੋ ਗਈਆਂ ਉੱਥੋਂ ਤੋਂ ਲੈ ਕੇ ਫਲਾਵਰਿੰਗ ਸਟੇਜ ਕੰਪਲੀਟ ਹੋਣ ਤੱਕ ਤੁਸੀਂ ਖੇਤ ਦੇ ਵਿੱਚੋਂ ਪਾਣੀ ਸੁੱਕਣ ਨਹੀਂ ਦੇਣਾ। ਠੀਕ ਹੈ। ਸੁੱਕਣ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਉਹਨੂੰ ਉਹੀ ਭਰ ਦੋ। ਵੀ ਡੱਕ ਦੋ। ਖੇਤ ਨੂੰ ਬੱਟਾਂ ਉੱਪਰ ਦੀ ਪਾਣੀ ਕਰ ਦੋ। ਸਾਡਾ ਮਕਸਦ ਹੁੰਦਾ ਹੈ ਵੀ ਖੇਤ ਦੇ ਵਿੱਚੋਂ ਜਿਹੜਾ ਕਿ ਸੋਕਾ ਨਾ ਲੱਗੇ ਉਸ ਟਾਈਮ। ਸੋਕੇ ਦਾ ਕਾਰਨ ਕੀ ਹੁੰਦਾ ਜੇ ਤੁਸੀਂ ਉਸ ਟਾਈਮ ਸੋਕਾ ਲੱਗਾ ਦਿੱਤਾ ਤਾਂ ਤੁਹਾਡੇ ਖੇਤ ਦੇ ਵਿੱਚ ਜਿਹੜੇ ਦਾਣੇ ਨੇ ਉਹਨਾਂ ਵਿੱਚ ਫੋਕ ਬਣ ਜਾਣੀਆਂ। ਫੋਕ ਪੈਦਾ ਹੋ ਜਾਣੀਆਂ। ਜਿਹੜੀ ਕਿ ਪੋਲੀਨੇਸ਼ਨ ਆ ਉਹ ਸਹੀ ਤਰੀਕੇ ਨਾਲ ਨਹੀਂ ਹੋਗੀ ਨਰ ਤੇ ਮਾਦਾ ਭਾਗ ਆ ਜਿਹੜੇ ਉਹ ਸਹੀ ਤਰੀਕੇ ਨਾਲ ਨਹੀਂ ਮਿਲ ਪਾਉਂਦੇ ਜਦੋਂ ਨਰ ਤੇ ਮਾਦਾ ਭਾਗ ਮਿਲਦੇ ਨੇ ਨਾ ਤਾਂ ਹੀ ਜਿਹੜਾ ਕਿ ਦਾਣੇ ਦੇ ਵਿੱਚ ਦੁੱਧਾ ਪਰਦਾ ਸਟਾਰਟ ਹੁੰਦਾ ਤੇ ਨਾ ਹੀ ਇਸ ਟਾਈਮ ਤੁਸੀਂ ਫਲਾਵਰਿੰਗ ਸਟੇਜ ਤੇ ਕੋਈ ਸਪਰੇਅ ਕਰਨੀ ਆ ਪਾਣੀ ਕਿਵੇਂ ਲਾਉਣਾ ਤੁਸੀਂ ਯਾਰ ਮੈਜ਼ਰਮੈਂਟ ਟੇਪ ਤਾਂ ਹੁੰਨੀ ਤੁਸੀਂ ਉਂਗਲੀ ਦੇਖੋ ਮਿਲ ਲੈਣੀ ਆ ਠੀਕ ਹੈ ਇੱਕ ਕੋਈ ਵੀ ਸੈਂਟਰ ਪੁਆਇੰਟ ਖੇਤ ਦੇ ਵਿੱਚ ਕਿਤੇ ਵੀ ਯਾਰ ਤੁਹਾਨੂੰ ਲੱਗਦਾ ਵੀ ਇਹ ਥੋੜਾ ਜਿਹਾ ਨੀਵਾ ਜਾਂ ਉੱਚਾ ਠੀਕ ਨੀਵੀਂ ਜਗ੍ਹਾ ਤੇ ਜਾਓਗੇ ਤਾਂ ਤੁਸੀਂ ਉੱਥੇ ਦੇਖ ਲਓ ਵੀ ਇੱਥੇ ਸਾਡਾ ਇੱਕੋ ਸਰਪਾਣੀ ਫੇਰੂਗਾ ਉੱਥੇ ਜਾ ਕੇ ਤੁਸੀਂ ਇੰਨਾ ਕੁ ਪਾਣੀ ਲਾ ਦੇਣਾ ਠੀਕ ਹੈ ਆਪਣੀ ਉਂਗਲ ਦੀ ਮੈਜ਼ਰਮੈਂਟ ਟੇਪ ਨਾਲ ਚਲੋ ਅੰਦਾਜ਼ੇ ਨਾਲ ਵੀ ਯਾਰ ਤੁਸੀਂ ਇੰਨਾ ਕੁ ਰੱਖਿਓ ਵੀ ਬੂਜੇ ਦਾ ਕੱਲਾ ਥੱਲੜਾ ਹਿੱਸਾ ਠੀਕ ਹੈ ਪਾਣੀ ਦੇ ਵਿੱਚ ਹੁਣ ਤੁਹਾਨੂੰ ਦਿਖਾਉਣਾ ਮੈਂ ਕਿਵੇਂ ਦੇਖੋ ਇੱਧਰ ਆ ਚੀਜ਼ ਆ ਠੀਕ ਹੈ ਇਹਦੇ ਦੇਖੋ ਕਿੰਨਾ ਕੁ ਪਾਣੀ ਲਾਇਆ ਉਂਗਲ ਵੀ ਨੀਂ ਨੀਚੇ ਜਾਂਦੀ ਲੱਗਦਾ ਹੈ ਕਿ ਪਾਣੀ ਦੇਖੋ نیچے-नीचे ਆ ਨਾ ਕੋਈ ਬਾਲਾ ਜਾਦੇ ਆ ਦੇਖੋ ਪਾਣੀ ਇੰਨਾ-ਇੰਨਾ ਕੁ ਪਾਣੀ ਰੱਖਣਾ ਤੁਸੀਂ ਯਾਰ ਆਪਣੇ ਖੇਤ ਦੇ ਵਿੱਚ ਠੀਕ ਹੈ ਇਹਦੇ ਨਾਲ ਕੀ ਆ ਝੋਨਾ ਤੁਹਾਡਾ ਇੱਕ ਸਾਰ ਪੱਕੂਗਾ ਠੀਕ ਹੈ ਇੱਕ ਸਾਰ ਹੀ ਇਹਦੇ ਵਿੱਚ ਵਧੀਆ ਪੂਰਾ ਜਿਵੇਂ ਕਹਿੰਦਾ ਥੁੰਨ ਥੁੰਨ ਕੇ ਤੂੜੀ ਭਰਦੇ ਹੋਣੇ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਦਾਣੇ ਹੈਵੀ ਹੋਣਗੇ ਸੋ ਇਸ ਟਾਈਮ ਭਰਾਓ ਤੁਸੀਂ ਪਾਣੀ ਖੜਾ ਰੱਖਣਾ ਜਿੰਨਾ ਚਿਰ ਫਲਾਵਰਿੰਗ ਸਟੇਜ ਕੰਪਲੀਟ ਨਹੀਂ ਹੁੰਦੀ ਯਾਰ ਮੁੰਜਰਾ ਨਿਕਲਣ ਤੋਂ ਲੈ ਕੇ ਸਾਨੂੰ ਸਿੱਧੀ ਜੀ ਗੱਲ ਆ ਜਦੋਂ ਤੁਹਾਡੇ ਖੇਤ ਦੇ ਵਿੱਚ ਇੱਕ ਦੋ ਮੁੰਜਰੇ ਤੁਹਾਨੂੰ ਨਜ਼ਰ ਆਉਂਦੀ ਆ ਤਾਂ ਉਥੋਂ ਦਾ ਅੱਜਾ ਲਾਓ ਵੀ 10 ਤੋਂ ਲੈ ਕੇ 15 ਦਿਨ ਲੱਗਣਗੇ ਮਿਲਕ ਸਟੇਜ ਆਉਣ ਨੂੰ ਫਲਾਵਰਿੰਗ ਸਟੇਜ ਜਿਹੜੀ ਕੰਪਲੀਟ ਹੋਣ ਨੂੰ ਉੱਥੇ ਤੁਸੀਂ ਅੰਦਾਜ਼ਾ ਲਾ ਵੀ 10 ਤੋਂ 15 ਦਿਨ ਲੈ ਕੇ ਤੁਸੀਂ ਖੇਤ ਦੇ ਵਿੱਚ ਪਾਣੀ ਖੜਾ ਰੱਖਣਾ ਹੀ ਰੱਖਣਾ ਜਦੋਂ ਮਿਲਕ ਸਟੇਜ ਆ ਜਾਂਦੀ ਹੈ ਠੀਕ ਹੈ ਫਿਰ ਕੀ ਕਰਨਾ ਫਿਰ ਕਿਸਾਨ ਭਰਾਵੋ ਤੁਸੀਂ ਪਾਣੀ ਥੋੜਾ ਸੁਕਾਉਣਾ ਵੀ ਨਹੀਂ ਹੈਗਾ ਮਤਲਬ ਗਿੱਲਾ ਰੱਖਣਾ ਆਪਣੇ ਖੇਤ ਨੂੰ ਤਾਂ ਕਿ ਜਿਹੜਾ ਝੋਨਾ ਦਾ ਪਰਪਰਾਗਣ ਉਹ ਇੱਕ ਸਾਰ ਹੋ ਸਕੇ ਠੀਕ ਹੈ ਵੀ ਝੋਨਾ ਇੱਕ ਸਾਰ ਪੱਕੇ ਇਹਦੇ ਨਾਲ ਕੀ ਹੋਣਾ ਨਾ ਤਾਂ ਜੇ ਤੁਸੀਂ ਪਾਣੀ ਤੁਸੀਂ ਉੱਪਰ ਚੜਾ ਕੇ ਰੱਖੋਗੇ ਸਭ ਤੋਂ ਵੱਡੀ ਗੱਲ ਪਾਣੀ ਦਾ ਉਲੀ ਰੋਗ ਉਲੀ ਰੋਗ ਪੈਦਾ ਹੋ ਜਾਂਦਾ ਹੈ ਠੀਕ ਹੈ ਤਾਂ ਇਸ ਟਾਈਮ ਤੁਸੀਂ ਪ੍ਰਮਾਣੀ ਦਾ ਪ੍ਰਬੰਧ ਸਹੀ ਤਰੀਕੇ ਢੰਗ ਨਾਲ ਲਾਓਗੇ ਤਾਂ ਤੁਹਾਡਾ ਝੋਨਾ ਜਿਹੜਾ ਇੱਕ ਸਾਰ ਪੱਕੂਗਾ ਤੇ ਝੋਨਾ ਜਿਹੜਾ ਬਿਮਾਰੀ ਰਹਿਤ ਰਹੂਗਾ ਸੋ ਜਿਹੜੇ ਕਿਸਾਨ ਵੀਰ ਮੇਰੀ ਵੀਡੀਓ ਨਾਲ ਜਾਏ ਚਾਨਣਾ ਨਵੇਂ ਜੋੜੇ ਨੇ ਉਹ ਚਾਣੋ ਸਬਸਕ੍ਰਾਈਬ ਕਰ ਲਿਓ ਅਤੇ ਘੰਟੀ ਵਾਲਾ ਬਟਨ ਜਰੂਰ ਦਬਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਮਿਲਦੇ ਆਂ ਭਰਾਵੋ ਅਗਲੀ ਜਾਣਕਾਰੀ ਲੈ ਕੇ ਸੋ ਚਾਨਣਾ ਬਣੇ ਰਿਹਾ ਕਰੋ ਸਾਨੂੰ ਇਹ ਚੈਨਲ ਦੇ ਵਿੱਤੇ ਠੀਕ ਹੈ ਜੈਨੂਨ ਜਾਣਕਾਰੀ ਮਿਲੂਗੀ ਜਿਹੜਾ ਕਿਸੇ ਆਪ ਤਜਰਬਾ ਕੀਤਾ ਹੈ ਜਿਹੜਾ ਖੇਤ ਦੇ ਵਿੱਚ ਆਪ ਕਰਦੇ ਆ ਠੀਕ ਹੈ ਆਪਾਂ ਕਿਸੇ ਪਿੱਛੇ ਲੱਗ ਕੇ ਕੋਈ ਵੀਡੀਓ ਨਹੀਂ ਪਾਉਂਦੇ ਕਲੀਅਰ ਸੋ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ